ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਹਰਿਆਣਾ ਦੇ ਬਾਰਡਰ ਤੇ ਰੋਕੇ ਜਾਣ ਦੇ ਪੁਲਿਸ ਦੀਆਂ ਲਾਈਆਂ ਗਈਆਂ ਰੋਕਾਂ ਨੂੰ ਤੋੜਨ ਵਾਸਤੇ ਪੌਪ ਲਾਈਨ ਨੂੰ ਲੈ ਕੇ ਆ ਰਹੇ ਨੌਜਵਾਨਾਂ ਤੋਂ ਇਸ ਨੂੰ ਪੰਜਾਬ ਪੁਲਿਸ ਵੱਲੋਂ ਖੋਹ ਲੈਣ ਦੇ ਰੋਹ ਵਿੱਚ ਆਏ ਕਿਸਾਨਾਂ ਨੇ ਪਾਤੜਾ ਸ਼ਹਿਰ ਦੀਆਂ ਸਾਰੀਆਂ ਸੜਕਾਂ ਨੂੰ ਬੰਦ ਕਰਕੇ ਆਵਾਜਾਈ ਜਾਮ ਕਰ ਦਿੱਤੀ। ਲੱਖਾ ਸਦਾਣਾ ਦੇ ਗਰੁੱਪ ਵਜੋਂ ਜਾਣੇ ਜਾਂਦੇ ਰਾਜ ਖਾਲਸਾ ਤੇ ਹੋਰ ਆਗੂਆਂ ਵੱਲੋਂ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਮਿਲੇ ਹੋਣ ਦੇ ਦੋਸ਼ ਲਾਉਂਦਿਆਂ ਮੁੱਖ ਮੰਤਰੀ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਹੋਏ ਵਿਰੋਧ ਮਗਰੋਂ ਲੱਖਾ ਸਦਾਣਾ ਨੇ ਵੀ ਪਾਤੜਾ ਪਹੁੰਚ ਕੇ ਸਰਕਾਰ ਦੀ ਸਖ਼ਤ ਨਿੰਦਾ ਕੀਤੀ ਹੈ। ਪਾਤੜਾ ਕੀ ਸਾਰਾ ਸ਼ਹਿਰ ਬੰਦ ਕਰ ਦਾਂਗੇ, ਪੰਜਾਬ ਬੰਦ ਕਰ ਦਾਂਗੇ, ਕੱਲ ਇੱਥੇ ਰੋਡ ਰੋਕਣ ਦੀ ਨਹੀਂ, ਗੱਲ ਤਾਂ ਮਨਾਉਣ ਦੀ ਆ ਭਰਾਵੋ, ਸਾਹੇ ਦੀ ਗੱਲ ਨਹੀਂ ਪਾਹੇ ਦੀ ਗੱਲ ਹੈ ਕਿ ਰਸਤਾ ਸਾਡਾ ਬੰਦ ਕਰਨ ਤੇ ਕੇਂਦਰ ਨਹੀਂ ਲੱਗਿਆ ਗੱਲੋ। ਸੋ ਜਿਹੜਾ ਅੱਜ ਇੱਥੇ ਪਾਤੜਾਂ ਦੇ ਵਿੱਚ ਹੋਇਆ ਬਹੁਤ ਹੀ ਨਿੰਦਣਯੋਗ ਹੈ। ਜੋ ਸਾਡੀ ਲੜਾਈ ਹੈ ਜਿਹੜੀ ਸੈਂਟਰ ਨਾਲ ਸੀ, ਪਰ ਜੋ ਭਗਵੰਤ ਮਾਨ ਹੈ ਇਹ ਬਿਲਕੁਲ ਹੀ ਨਜਾਇਜ਼ ਕਿਸਾਨਾਂ ਦੇ ਨਾਲ ਧੱਕਾ ਕਰ ਰਿਹਾ ਹੈ। ਸੋ ਜਾਣਾ ਅਸੀਂ ਖਨੌਰੀ ਬਾਰਡਰ 'ਤੇ, ਪਰ ਸਾਨੂੰ ਘੇਰ ਪਾਤੜਾ ਲਿਆ ਜਾਂਦਾ ਹੈ ਜੋ ਪੰਜਾਬ ਦੇ ਵਿੱਚ ਹੈ। ਇੱਕ ਪਾਸੇ ਭਗਵੰਤ ਮਾਨ ਕੱਲ੍ਹ ਬਿਆਨ ਦਿੰਦਾ ਕਿ ਮੇਰੇ ਕਿਸਾਨ ਨੇ ਜਿਹੜੇ ਉਹ ਦਿੱਲੀ ਜਾਣ ਅਤੇ ਅਸੀਂ ਨੰਘਾਵਾਂਗੇ, ਅਤੇ ਇੱਕ ਪਾਸੇ ਅੱਜ ਦੋਗਲਾ ਚਿਹਰਾ ਸਾਹਮਣੇ ਆ ਰਿਹਾ। ਇੱਕ ਪਾਸੇ ਸਾਡੀਆਂ JCB ਮਸ਼ੀਨਾਂ ਖੋਲ੍ਹ ਕੇ ਥਾਣਿਆਂ ਵਿੱਚ ਲਿਜਾਈਆਂ ਜਾ ਰਹੀਆਂ ਨੇ, ਇਹ ਸ਼ਰੇਆਮ ਧੱਕਾ। ਇੱਥੋਂ ਪਤਾ ਲੱਗਦਾ ਕਿ ਪੰਜਾਬ ਸਰਕਾਰ ਸੈਂਟਰ ਦੀ ਸਰਕਾਰ ਨਾਲ ਘਿਓ ਖਿਚੜੀ ਹੈ, ਬਿਲਕੁਲ ਉਹਦੇ ਅੱਗੇ ਝੁਕ ਚੁੱਕੀ ਹੈ। ਸਰਕਾਰਾਂ ਇੱਥੇ ਪਹਿਲਾਂ ਵੀ ਸੀ, ਅੰਦੋਲਨ ਅਸੀਂ ਪਹਿਲਾਂ ਵੀ ਲੜਿਆ, ਕੈਪਟਨ ਵੇਲੇ ਨਹੀਂ ਇਹੋ ਜਿਹਾ ਕੁਛ ਹੋਇਆ। ਭਾਵੇਂ ਕੈਪਟਨ ਨਾਲ ਮੇਰੇ ਲੱਖ ਵਿੱਚ ਮਤਭੇਦ ਨੇ, ਪਰ ਜੋ ਗੱਲ ਚੰਗੀ ਹੈ ਤਾਂ ਚੰਗੀ ਹੈ। ਕੈਪਟਨ ਵੇਲੇ ਨਹੀਂ ਕੋਈ JCB ਰੁਕੀ, ਕੋਈ ਟਰਾਲੀ ਰੁਕੀ, ਕੋਈ ਕਿਸਾਨ ਰੁਕਿਆ, ਅੱਜ ਹੀ ਕਿਉਂ? ਸਾਡੀਆਂ JCBਆਂ ਰੁਕ ਰਹੀਆਂ ਨੇ, ਸਾਡੀਆਂ ਤਲਾਸੀਆਂ ਲਈਆਂ ਜਾ ਰਹੀਆਂ ਨੇ, ਸਾਡੀਆਂ ਗੱਡੀਆਂ ਚੈੱਕ ਕੀਤੀਆਂ ਜਾ ਰਹੀਆਂ, ਨਾਂ ਲਿਖੇ ਜਾ ਰਹੇ ਨੇ, ਇਹ ਕਿਉਂ? ਕਿਉਂਕਿ ਜਿਹੜੀ ਇੱਥੋਂ ਦੀ ਸਰਕਾਰ ਹੈ ਉਹ ਮੋਦੀ ਨਾਲ ਮਿਲ ਚੁੱਕੀ ਹੈ, ਕਿਸਾਨਾਂ 'ਤੇ ਲਾਠੀਚਾਰਜ ਵੀ ਕਰ ਰਹੀ ਹੈ, ਕਿਸਾਨਾਂ ਦੀਆਂ JCBਆਂ ਚੱਕ ਚੱਕ ਥਾਣਿਆਂ 'ਚ ਵੀ ਲਿਆਈਆਂ ਜਾ ਰਹੀਆਂ ਨੇ। ਸੋ ਇਹ ਨਿੰਦਣਯੋਗ ਹੈ। ਇੱਥੇ ਆਉਣ ਵਾਲੇ ਟਾਈਮ ਦੇ ਵਿੱਚ ਜੇ JCB ਨਾ ਦਿੱਤੀ ਤਾਂ ਬਹੁਤ ਵੱਡਾ ਧਰਨਾ ਸਾਨੂੰ ਪੰਜਾਬ ਦੇ ਵਿੱਚ ਹੀ ਲਾਉਣਾ ਪੈਣਾ ਹੈ। ਕਿਤੇ ਵੀ ਨਹੀਂ ਰੋਕਾਂਗੇ, ਇਹ ਕਹਿੰਦੇ ਵੀ ਲੜਾਈ ਤੁਹਾਡੀ ਦਿੱਲੀ ਨਾਲ ਤਾਂ ਤੁਸੀਂ ਦਿੱਲੀ ਜਾ ਸਕਦੇ ਹੋ। ਇਹਨਾਂ ਨੇ ਵਿਸ਼ਵਾਸ 'ਚ ਲੈਣ ਦੇ ਬਾਵਜੂਦ ਸਾਨੂੰ ਰਸਤੇ ਦੇ ਵਿੱਚ ਇੱਥੇ ਭਾਰੀ ਫੋਰਸ ਨਾਲ ਰੋਕਿਆ ਗਿਆ। ਅਸੀਂ ਤਕਰੀਬਨ 40 ਤੋਂ 45 ਸੀ, ਪਰ 1000+ ਜਿਹੜੀ ਸਕਿਉਰਟੀ ਅਤੇ ਪੁਲਿਸ ਜਿਹੜੀ ਇੱਥੇ ਲਾਈ ਹੋਈ ਸੀ, ਜਿਹਨਾਂ ਨੇ ਜਬਰੀ ਕੀਤਾ ਧੱਕਾ ਕਰਕੇ ਸਾਡੇ ਤੋਂ ਜਿਹੜੀ ਇਹ ਮਸ਼ੀਨ ਖੋਹ ਕੇ ਲੈ ਕੇ ਗਏ ਨੇ, ਅਤੇ ਬਾਕੀ ਸਾਡੇ ਮੁੰਡਿਆਂ ਦੇ ਨਾਲ ਜਿਹੜੀ ਕੁੱਟਮਾਰ ਹੈ ਉਹ ਵੱਖਰੀ ਕੀਤੀ ਗਈ ਇਹਨਾਂ ਨੇ। ਜਿੰਨੀਆਂ ਜਥੇਬੰਦੀਆਂ ਸਿੰਘੂ ਬਾਰਡਰ ਔਰ ਖਨੌਰੀ ਬਾਰਡਰ 'ਤੇ ਧਰਨਾ ਲਾ ਰਹੀ ਹੈ ਕੇਂਦਰ ਸਰਕਾਰ ਦੇ ਖਿਲਾਫ਼ ਕਿ ਸਾਨੂੰ ਜਿਹੜੀ MSP ਹੈ, ਮਿਨੀਮਮ ਸਪੋਰਟਿੰਗ ਪ੍ਰਾਈਜ਼, ਔਰ ਕਿਸਾਨੀ ਦਾ ਜਿੰਨਾ ਕਰਜ਼ਾ ਉਹਨੂੰ ਮਾਫ਼ ਕਰਨ ਦੇ ਲਈ, ਜਿਹੜੀ ਉਹਨੂੰ ਮਾਫ਼ ਕਰਨ ਦੇ ਲਈ ਕਿਸਾਨੀ ਦਾ ਕਰਜ਼ਾ ਉਹਨੂੰ ਮਾਫ਼ ਕਰਨ ਦੇ ਲਈ ਧਰਨਾ ਲੱਗ ਰਿਹਾ, ਬੈਰੀਕੇਡ ਤੋੜ ਕੇ ਦਿੱਲੀ ਜਾਣ ਲਈ ਜਿਹੜੀ ਯੋਜਨਾਬੱਧ ਤਰੀਕੇ ਨਾਲ ਯੋਜਨਾ ਬਣਾਈ ਸੀ ਉਹਦੇ ਸੰਬੰਧ 'ਚ ਪਿੰਡਾਂ 'ਚੋਂ ਬਹੁਤ ਵੱਡਾ ਲਾਮ ਲਸ਼ਕਰ ਲੈ ਕੇ ਅਸੀਂ ਜਦੋਂ ਤੁਰੇ ਤਾਂ ਸਾਨੂੰ ਦਿੜਬੇ ਆ ਕੇ, ਔਰ ਇੱਕ ਪੋਕ ਲੇਨ ਹੈ ਜਿਹੜੀ ਸੁਨਾਮ ਤੋਭਾਲ ਰੋਡ ਤੋਂ ਨੌਜਵਾਨ ਦਾ ਘਰ ਹੈ, ਉਹ ਵੀ ਸਾਡੇ ਨਾਲ ਸੀਗੇ, ਔਰ ਉਹ ਵਿਚਾਰਾ ਗਰੀਬ ਘਰ ਦਾ ਨੌਜਵਾਨ ਹੈ। ਇੱਕੋ ਹੀ ਪੋਕ ਲੈਣ 'ਤੇ ਉਹ ਕਿਸਾਨੀ ਦਾ ਦਰਦ ਲੈ ਕੇ ਕਿ ਯਾਰ ਮੈਂ ਬੈਰੀਕੇਡ ਤੋੜੂੰਗਾ, ਮੇਰੀ ਮਸ਼ੀਨ ਲੈ ਕੇ ਜਾਓ, ਦਰਦ ਲੈ ਕੇ ਉਹ ਵਿਚਾਰਾ ਨਾਲ ਲੈ ਕੇ ਪੁਰਾਣੇ ਟਰੈਕਟਰ 'ਤੇ ਉਹ ਵੀ ਨਾਲ ਬੌੜਿਆ। ਪਹਿਲਾਂ ਤਾਂ ਦਿੜਬੇ ਆ ਕੇ ਪੰਜਾਬ ਪੁਲਿਸ ਨੇ ਸਾਨੂੰ ਰੋਕਿਆ, ਉੱਥੇ SP DSP ਔਰ SHO ASI ਬਾਕੀ ਹੋਰ ਮੁਲਾਜ਼ਮ ਸੀਗੇ, ਲੇਡੀ ਸਟਾਫ ਸੀਗਾ। ਅਸੀਂ ਉਤਰ ਕੇ ਜਦੋਂ ਧੱਕਾ ਮੁੱਕੀ ਪੁਲਿਸ ਨਾਲ ਕੀਤੀ, ਅਸੀਂ ਇਸ ਗੱਲੋਂ ਮੁੱਕਰਦੇ ਨਹੀਂ, ਅਸੀਂ ਪੰਜਾਬ ਪੁਲਿਸ ਨਾਲ ਧੱਕਾ ਮੁੱਕੀ ਕੀਤੀ, ਸਾਨੂੰ ਉਹਨਾਂ ਨੇ ਰਾਹ ਦਿੱਤਾ, ਜਾਂ ਬੰਦੇ ਘੱਟ ਸੀਗੇ ਅਸੀਂ ਜ਼ਿਆਦਾ ਸੀਗੇ,
ਪਰ ਪਾਤੜਾਂ ਆ ਕੇ ਜ਼ੁਲਮ ਦੀ ਇੰਤਹਾ ਹੋ ਗਈ ਕਿ ਮੋਦੀ ਸਰਕਾਰ ਨੇ ਤਾਂ ਸਾਡੇ ਸਾਨੂੰ ਪਤਾ ਕਿ ਮੋਦੀ ਬੀਜੇਪੀ ਸਰਕਾਰ ਤਾਂ ਸਾਡੀ ਦੁਸ਼ਮਣ ਜਮਾਤ ਹੈ ਕਿਸਾਨਾਂ ਦੀ। ਉਹਨਾਂ ਨੇ ਤਾਂ ਅੰਬਾਨੀ ਅਡਾਨੀਆਂ ਦੇ ਪੁੱਤਾਂ ਨੂੰ ਫਾਇਦਾ ਦੇਣਾ, ਪੰਜਾਬ ਦਾ ਕਿਸਾਨ, ਹਰਿਆਣੇ ਦਾ ਕਿਸਾਨ ਮਾਰਨਾ ਉਹਨਾਂ ਨੇ। ਉਹ ਤਾਂ ਸਾਡੇ ਖਿਲਾਫ਼ ਹੋਵੇ, ਪਰ ਜਦੋਂ ਸਾਡੀ ਸਰਕਾਰ, ਸਾਡੀ ਪੰਜਾਬ ਪੁਲਿਸ ਸਾਡੇ ਬਾਰਡਰ ਤੋਂ 20-15 ਕਿਲੋਮੀਟਰ ਅੰਦਰ ਸਾਨੂੰ ਰੋਕਦੀ ਹੈ, ਧੱਕੇ ਨਾਲ ਸਾਡੇ ਡਾਂਗਾ ਮਾਰ ਕੇ, ਸਾਨੂੰ ਧੱਕੇ ਮਾਰ ਕੇ ਉਸ ਟਰੈਕਟਰ ਦੇ ਡਰਾਈਵਰ ਨੂੰ ਲਾ ਕੇ ਮੇਰੇ ਆ ਦੋਵੇਂ ਹੱਥ ਸਟੇਅਰਿੰਗ ਨੂੰ ਪਾਏ ਹੋਏ ਸੀ ਜਦੋਂ ਮੈਨੂੰ ਧੱਕਾ ਮਾਰਿਆ DSP ਨੇ। ਔਰ DSP ਨੇ ਸਾਨੂੰ ਮਾਣਾ ਭੈਣਾਂ ਦੀਆਂ ਗਾਲਾਂ ਕੱਢੀਆਂ ਕਿ ਤੁਸੀਂ ਮਾਹੌਲ ਖਰਾਬ ਕਰਦੇ ਹੋ। ਮੈਂ ਉਹਨਾਂ ਨੂੰ ਇੱਕੋ ਹੀ ਗੱਲ ਅਸੀਂ ਕਹੀ ਸਾਰੇ ਨੌਜਵਾਨਾਂ ਨੇ ਕਿ ਅਗਰ ਅਸੀਂ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾ ਰਹੇ ਹਾਂ, ਅਸੀਂ ਮਾਹੌਲ ਖਰਾਬ ਕਰਦੇ ਹਾਂ, ਤਾਂ ਫਿਰ ਸ਼ਾਂਤਮਈ ਤਰੀਕੇ ਦਾ ਜਵਾਬ ਦੇ ਦਿਓ ਅਸੀਂ ਕਿ ਉਹਦਾ ਰਸਤਾ ਕੀ ਹੈ। ਉਹਨਾਂ ਨੂੰ ਕੋਈ ਜਵਾਬ ਨਹੀਂ ਆਇਆ। ਸਾਡੀ ਪੋਕਲੇਨ ਮਸ਼ੀਨ, ਟਰੈਕਟਰ ਦਾ ਡਰਾਈਵਰ, ਪੋਕਲੇਨ ਦਾ ਮਾਲਕ ਧੱਕੇ ਥਾਣੇ ਦੇ ਵਿੱਚ ਲੈ ਗਿਆ ਪ੍ਰਸ਼ਾਸਨ ਸਾਨੂੰ ਧੱਕੇ ਨਾਲ, ਇਸ ਦੇ ਰੋਸ ਵਜੋਂ ਕਿ ਅਸੀਂ ਅੱਗੇ ਜਾਣਾ, ਪੋਕਲੇਨ ਮਸ਼ੀਨ ਲੈ ਕੇ ਜਾਣੀ ਹੈ। ਇਸ ਦੇ ਰੋਸ ਵਜੋਂ ਜਿਹੜਾ ਪਾਤੜਾਂ ਦਾ ਮੇਨ ਚੌਂਕ ਹੈ, ਪਟਿਆਲਾ ਸੰਗਰੂਰ ਮੁੱਖ ਚੌਂਕ, ਇਹ ਸਾਰੇ ਨੌਜਵਾਨਾਂ ਨੇ ਇੱਥੇ ਜਾਮ ਕਰ ਰੱਖਿਆ। ਔਰ ਅਸੀਂ ਓਨਾ ਚਿਰ ਜਾਂਦੇ ਨਹੀਂ ਜਿੰਨਾ ਚਿਰ ਪੋਕਲੇਨ ਮਸ਼ੀਨ ਉਸ ਕਿਸਾਨ ਦੇ ਪੁੱਤ ਨੂੰ ਮਿਲਦੀ ਨਹੀਂ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ TV, ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ।